ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਅੱਜ ਦਾ ਜਿਹੜਾ ਸਵਾਲ ਲੈ ਕੇ ਆਇਆ, ਬੜਾ ਇੰਟਰਸਟਿੰਗ ਸਵਾਲ ਹੈ, ਬੜਾ ਮਜ਼ੇਦਾਰ ਸਵਾਲ ਹੈ। ਸਵਾਲ ਪੁੱਛਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹੁੰਦਾ ਜੀ। ਦੇਖੋ, ਇਹ ਜਿਹੜੇ ਅਸੀਂ ਨਵੀਂ ਇੱਕ ਤਰ੍ਹਾਂ ਦੀ ਵੀਡੀਓ ਸਟਾਰਟ ਕੀਤੀ, ਇੱਕ ਦਿਮਾਗ ਦੀ ਐਕਸਰਸਾਈਜ਼ ਹੈ, ਠੀਕ ਹੈ ਜੀ। ਇੰਜੋਏ ਕਰਿਆ ਕਰੋ ਇਹਨੂੰ, ਅਤੇ ਜਵਾਬ ਜੋ ਵੀ ਤੁਹਾਡੇ ਦਿਮਾਗ 'ਚ ਆਉਂਦਾ ਦੇ ਦਿਆ ਕਰੋ। ਔਰ ਦੂਜੀ ਗੱਲ ਇਹ ਹੈ ਜੀ ਕਿ ਨਾਮ ਉਹਦੇ ਹੁਣ ਬੋਲੇ ਜਾਣਗੇ ਵੀਡੀਓ 'ਚ, ਅਗਲੀ ਵੀਡੀਓ 'ਚ ਜਿਹੜਾ ਵੀ ਸਹੀ ਜਵਾਬ ਦੇਵੇਗਾ, ਪਹਿਲੀ ਗੱਲ। ਔਰ ਦੂਜੀ ਗੱਲ, ਜਿਹੜਾ ਵੀਡੀਓ ਨੂੰ ਲਾਈਕ ਕਰੇਗਾ, ਤੀਜੀ ਗੱਲ ਜਿਹੜਾ ਵੀਡੀਓ ਨੂੰ ਸ਼ੇਅਰ ਕਰੇਗਾ, ਇਹ ਤਿੰਨੋਂ ਕੰਮ ਜਿਹੜਾ ਕਰੇਗਾ ਉਹਦਾ ਹੀ ਨਾਮ ਆਪਾਂ ਵੀਡੀਓ ਦੇ ਵਿੱਚ ਅਗਲੀ 'ਚ ਬੋਲਾਂਗੇ। ਅਤੇ ਲਓ ਜੀ, ਸਵਾਲ ਇਹ ਹੈ, ਉਹ ਕੌਣ ਸਾ ਇਨਸਾਨ ਹੈ ਜੋ ਜੇਬ ਵੀ ਕਾਟਤਾ ਹੈ ਔਰ ਗਲਾ ਵੀ ਕਾਟਤਾ ਹੈ, ਫਿਰ ਵੀ ਪੁਲਿਸ ਉਸੇ ਪਕੜ ਨਹੀਂ ਪਾਤੀ? ਅਤੇ ਜਿਨ੍ਹਾਂ ਨੇ ਪਿਛਲੇ ਸਵਾਲ ਦਾ ਸਹੀ ਜਵਾਬ ਦਿੱਤਾ ਉਹਨਾਂ ਦਾ ਨਾਮ ਆਪਾਂ ਅੱਗੇ ਬੋਲਾਂਗੇ। ਵੀਡੀਓ ਨਾਲ ਬਣੇ ਰਹੋ। ਦੱਸੋ ਜੀ ਕੀ ਹੈ ਜਵਾਬ, ਉਹ ਕੌਣ ਸਾ ਇਨਸਾਨ ਹੈ ਜੋ ਜੇਬ ਵੀ ਕਾਟਤਾ ਹੈ ਔਰ ਗਲਾ ਵੀ ਕਾਟਤਾ, ਫਿਰ ਵੀ ਉਸੇ ਪੁਲਿਸ ਪਕੜ ਨਹੀਂ ਪਾਤੀ? ਸੋਨੀ। ਸੋਨੀ ਕੈਸੇ? ਬਤਾਈਏ ਕੈਸੇ? ਵੀ ਜੇਬਾਂ ਵੀ ਖਾਲੀ, ਜੇਬ ਜੇਬ ਤੇ ਕੱਟਦੀ ਹੈ, ਮੇਰੀ ਜੇਬ ਕੱਟਦੀ ਹੈ, ਅਸੀਂ ਸ਼ਿਕਾਇਤ ਵੀ ਨਹੀਂ ਕਰ ਸਕਦੇ ਕਿਸੇ ਕੋਲ, ਸ਼ਿਕਾਇਤ ਵੀ ਨਹੀਂ ਕਰ ਸਕਦੇ। ਹਾਏ ਹਾਏ, ਮੈਂ ਕੋਈ ਚੋਰ? ਲੈ ਪਰ ਮੰਮੀ, ਗਲਾ ਕਿੱਦਾਂ ਕੱਟਦੀ ਹੈ? ਗਲਾ ਕਿੱਦਾਂ ਕੱਟ ਲਿਆ ਫਿਰ ਮੈਂ, ਜਿਹੜਾ ਜੇਬ ਵੀ ਕੱਟੇ ਤੇ ਗਲਾ ਵੀ ਕੱਟੇ? ਓ ਟਿੰਮੀ। ਅੱਛਾ, ਕਿਉਂਕਿ ਜੇਬ ਮੈਂ ਕੱਟ ਲਈ, ਗਲਾ ਤੁਸੀਂ ਕੱਟਤਾ। ਪਰ ਇਨਸਾਨ ਤੇ ਇੱਕ ਹੀ ਹੈ ਨਾ? ਇਨਸਾਨ ਤੁਸੀਂ ਨਾ, ਉਹ ਬੰਦਾ ਤੇ ਇੱਕ ਹੈ ਨਾ? ਇਨਸਾਨ ਹੀ ਦੱਸੇ, ਜਾਨਵਰ ਥੋੜੀ ਦੱਸੇ, ਮੈਂ ਤੁਹਾਡਾ ਨਾਂ ਹੀ ਤੇ ਲਿਆ। ਤੇ ਦੋਨੋਂ ਚੀਜ਼ਾਂ ਸਭ, ਚੱਲ ਕਿੱਦਾਂ ਇਹ ਦੱਸ, ਚੱਲ ਮੈਂ ਹੀ ਮੰਨ ਲਿਆ। ਜਿੱਦਾਂ ਕਿ ਹੁਣ ਅਸੀਂ ਸੁੱਤੇ ਪਏ ਸੀ, ਸੁੱਤਿਆਂ ਨੂੰ ਚੱਕ ਕੇ ਠਾ ਕੇ ਇੱਥੇ ਬਿਠਾ ਦਿੱਤਾ। ਹਾਂ, ਹੈ ਹੁਣ ਅਸੀਂ ਤੁਹਾਡੀ ਕੋਈ ਕੰਪਲੇਂਟ ਵੀ ਨਹੀਂ ਕਰ ਸਕਦੇ। ਅੱਛਾ, ਇਹਦੇ ਵਿੱਚ ਕੀ ਆ, ਗਲਾ ਕੱਟਿਆ ਮੈਂ ਤੁਹਾਡਾ? ਤੇ ਗਲਾ ਹੀ ਕੱਟਿਆ ਸਾਨੂੰ, ਅਸੀਂ ਨੀਂਦ ਵਿੱਚ ਪਤਾ ਨਹੀਂ ਕਿਆ ਸੁਨਹਿਰੇ ਸੁਪਨੇ ਦੇਖ ਰਹੇ ਸੀ, ਉੱਥੋਂ ਚੱਕ ਲਿਆਂਦਾ ਗਲੇ ਤੋਂ ਫੜ ਕੇ, ਚਲੋ ਬਈ ਤੁਹਾਡੀ ਬੀਵੀ ਇੱਥੇ ਹੈ। ਤੇ ਜੇਬ? ਤੇ ਜੇਬ ਵੀ ਤੁਸੀਂ ਕੱਟ ਲਿਆ, ਜੋ ਪੈਸੇ ਖਰਚਾ ਤੁਸੀਂ ਸਾਨੂੰ ਦਿੰਦੇ ਨਹੀਂ ਹੈਗੇ। ਚਲੋ, ਗਲਤ ਜਵਾਬ ਹੈ। ਲਓ ਜੀ, ਹੁਣ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਸਹੀ ਜਵਾਬ ਦਿੱਤੇ ਉਹਨਾਂ ਦੇ ਨਾਮ ਵੀ ਬੋਲੇ ਜਾਣਗੇ। ਅਤੇ ਪਿਛਲੀ ਵੀਡੀਓ 'ਚ ਆਪਾਂ ਸਵਾਲ ਪੁੱਛਿਆ ਸੀ, ਉਹ ਸਵਾਲ ਸਕਰੀਨ ਦੇ ਉੱਤੇ ਆ ਗਿਆ ਹੋਏਗਾ। ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈਗਾ ITI। ਆ ਬੰਦ ਦਿਮਾਗ ਸੁਣ ਲਓ, ਆਈ ਅੱਖ, ਫਿਰ ਟੀ, ਫਿਰ ਆਈ, ITI। ਪਰ ਇਹਦਾ ਜਿਹੜਾ ਸਹੀ ਜਵਾਬ ਸੀ ITI। ਇਹੋ ਜਿਹੇ ਸਵਾਲ ਦਿਮਾਗ ਵਾਲਿਆਂ ਵਾਸਤੇ ਹੁੰਦੇ, ਤੇਰੇ ਮੇਰੇ ਵਰਗਿਆਂ ਵਾਸਤੇ ਨਹੀਂ ਹੁੰਦੇ। ਚਲੋ ਜੀ, ਇਹ ਇਹਦਾ ਸਹੀ ਜਵਾਬ ਸੀ ITI। ਅਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਸੀ, ਤੇ ਲਓ ਜੀ ਹੁਣ ਉਹਨਾਂ ਦੇ ਮੰਮੀ ਨਾਮ ਬੋਲਣਗੇ। ਬੋਲੋ ਜੀ ਕੀ ਨਾਮ। ਸਹੀ ਜਵਾਬ ਤੇ ਵੈਸੇ ਸਾਰਿਆਂ ਨੇ ਹੀ ਸਹੀ ਜਵਾਬ ਦਿੱਤਾ, ਹੁਣ ਤੱਕ ਵੀ ਕਮੈਂਟ ਆਈ ਜਾ ਰਿਹਾ ਸਹੀ ਜਵਾਬ ਆਏ ਨੇ, ਸਾਨੂੰ ਛੱਡ ਕੇ ਸਿਰਫ ਤੁਹਾਨੂੰ ਦੋਨਾਂ ਨੂੰ ਛੱਡ ਕੇ ਬਾਕੀ ਮੇਰਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਮੇਰਾ ਦਿਮਾਗ ਬੰਦ ਹੋ ਚੁੱਕਿਆ ਸਨ ਨੋ ਤੁਹਾਡਾ ਮੰਮੀ ਦਾ। ਚਲੋ ਬਹਾਨਾ ਮੇਰਾ ਤੁਸੀਂ ਕਰਤਾ। ਮੰਮੀ ਤੁਸੀਂ ਕਹੋ ਕਹੋ, ਮੇਰਾ ਵੀ ਸਨ 9 ਤੋਂ ਹੀ ਬੰਦ ਹੋਇਆ ਪਿਆ ਜਦੋਂ ਦੀ ਤੂੰ ਆਈ। ਪ੍ਰਿੰਕਾ ਮਹਿਤਾ ਜੀ,
ਸੁਮਨ ਬਜਾਜ ਜੀ, ਗੁਰਚਰਨ ਬਕਾਨ ਜੀ, ਕੀਰਤੀ ਕੋਹਲੀ ਜੀ, ਰਜਿੰਦਰ ਕੌਰ ਜੀ, ਨੀਲਮ ਦੋਰੀਆ, ਦੀਪਿਕਾ ਮਲਹੋਤਰਾ, ਨੀਲਮ ਦੋਰੀਆ, ਨੀਲਮ ਦੋਰੀਆ ਦੋਰੀਆ। ਤਾਂ ਲਓ ਜੀ, ਬਾਕੀ ਜਿਨ੍ਹਾਂ ਦਾ ਨਾਮ ਨਹੀਂ ਬੋਲਿਆ ਗਿਆ ਤੁਸੀਂ ਟੈਨਸ਼ਨ ਨਾ ਲਓ, ਮੇਰੇ ਕੋਲ ਜੇ ਸਕਰੀਨਸ਼ੋਟ ਖਿੱਚਿਆ ਹੋਏਗਾ ਤੇ ਉਹ ਮੈਂ ਜ਼ਰੂਰ ਲਾ ਦਾਂਗਾ। ਇਸ ਸਵਾਲ ਦਾ ਸਹੀ ਜਵਾਬ ਦੇਵੋ, ਅਗਲੀ ਵੀਡੀਓ 'ਚ ਬੋਲਿਆ ਜਾਏਗਾ। ਤੇ ਹਾਂ, ਲਾਈਕ ਤੇ ਸ਼ੇਅਰ ਕਿ ਬਈ ਲੋਕਾਂ ਹੋਰਾਂ ਤੱਕ ਵੀ ਸਵਾਲ ਨੂੰ ਪੁੱਜ ਪਾਏ ਨਾ। ਸਾਡੀ ਜਿਹੜੀ ਹੈ ਛੋਟੀ ਜੀ ਬਕਵਾਸ ਹੈ, ਕਿੱਦਾਂ ਦੀ ਲੱਗ ਰਹੀ ਹੈ ਸਾਨੂੰ ਦੱਸਿਆ ਕਰੋ। ਹਾਂ, ਨਾਲਾ ਵੀ ਦੱਸਿਆ ਕਰੋ, ਕਮੈਂਟ 'ਚ ਨਾ ਸਹੀ ਆਨਸਰ ਲਿਖ ਕੇ ਤੇ ਥੱਲੇ ਦੱਸ ਦਿਆ ਕਰੋ ਕਿ ਬਈ ਇਹ ਵਾਕਈ ਠੀਕ ਹੈ। ਮਤਲਬ ਚਲੋ, ਇੱਕ ਤੇ ਤੁਹਾਡੇ ਨਾਲ ਰੋਜ਼ ਮਿਲਣਾ ਹੋ ਜਾਂਦਾ, ਠੀਕ ਹੈ, ਇੱਕ ਦਿਨ ਛੱਡ ਕੇ, ਕਿਉਂਕਿ ਇੱਕ ਦਿਨ ਤੇ ਆਪਾਂ ਵੀਡੀਓ ਦਾ ਰੱਖ ਲਿਆ, ਅਗਲਾ ਦਿਨ ਸਵਾਲਾਂ ਦਾ ਰੱਖ ਲਿਆ। ਮੈਂ ਕਿਹਾ ਅਸੀਂ ਜਵਾਬ ਦਈਏ ਨਾ ਦਈਏ, ਜਿਹੜੇ ਜਵਾਬ ਸਹੀ ਦੇ ਰਹੇ ਨੇ ਉਹ ਸਾਡੀ ਫੈਮਿਲੀ ਹੈ, ਸਾਡੇ ਬਹੁਤ ਪਿਆਰੇ ਨੇ। ਹਾਂ, ਸਾਡੀ ਹੈਲਪ ਮੇਨ ਦੇਖੋ ਜੀ, ਹਾਂ, ਜਵਾਬ ਦੀ ਗੱਲ ਇਹ ਹੈ, ਇਹ ਤੁਹਾਡੇ ਸਾਰਿਆਂ ਦੇ ਉੱਤੇ ਛੱਡ ਦਿੰਦੇ ਸੀ ਕਿ ਤੁਸੀਂ ਦਵੋ ਜਵਾਬ, ਕਿਉਂਕਿ ਇਹ ਇੱਕ ਤਰ੍ਹਾਂ ਦੀ ਦਿਮਾਗ ਦੀ ਐਕਸਰਸਾਈਜ਼ ਹੈ। ਬਾਕੀ ਤੇ ਇਹਨਾਂ ਤੋਂ ਸਵੇਰੇ ਸਵਾਲ ਚਾਲੂ ਹੋ ਜਾਂਦੇ ਤੇ ਰਾਤ ਤੱਕ ਸਵਾਲ ਹੀ ਸਵਾਲ ਚੱਲਣੇ ਨੇ ਇਹਨਾਂ, ਇਹਨਾਂ ਦੇ ਦਿਮਾਗ ਤੇ ਬੰਦ ਹੋਣੇ ਹੀ ਹੋਣੇ ਨੇ, ਪੂਰਾ ਪੂਰਾ ਦਿਲ ਲੱਗ ਜੇ ਸਵਾਲ ਨੂੰ। ਤੇ ਬਈ ਜਿਹੜਾ ਇਹ ਇਨਸਾਨ ਕੈਮਰੇ ਦੇ ਪਿੱਛੇ ਹੈ, ਇਹਨੇ ਬੰਦ ਕਰਤਾ। ਚਲੋ ਠੀਕ ਹੈ ਜੀ, ਇਹ ਸੀਗਾ ਸਵਾਲ, ਇਹਦਾ ਸਹੀ ਜਵਾਬ ਦਿਓ। ਜਵਾਬ ਦੇ ਨਾਲ ਨਾਲ ਕਮੈਂਟ ਦੇ ਨਾਲ ਨਾਲ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ। ਫਿਰ ਬਾਅਦ 'ਚੋਂ ਮੇਰੇ ਨਾਲ ਲੜਿਓ ਨਾ, ਸਾਡਾ ਨਾਮ ਨਹੀਂ ਬੋਲਿਆ ਗਿਆ, ਠੀਕ ਹੈ ਜੀ। ਨਾਮ ਉਹਦਾ ਬੋਲਿਆ ਜਾਏਗਾ ਜਿਹੜਾ ਤਿੰਨੋਂ ਕੰਮ ਕਰੇਗਾ, ਵੀਡੀਓ ਨੂੰ ਲਾਈਕ ਵੀ ਕਰੇਗਾ ਤੇ ਜਵਾਬ ਵੀ ਦੇਗਾ ਸਹੀ ਤੇ ਵੀਡੀਓ ਨੂੰ ਸ਼ੇਅਰ ਵੀ ਕਰੇਗਾ, ਠੀਕ ਹੈ ਜੀ। ਮਿਲਦੇ ਹਾਂ ਜੀ ਤੁਹਾਨੂੰ ਫਿਰ ਇੱਕ ਨਵੇਂ ਸਵਾਲ ਦੇ ਨਾਲ ਤੇ ਇਹਦੇ ਜਵਾਬ ਦੇ ਨਾਲ। ਹੁਣ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।